ਇਰੇ ਵੀਰੋ ਤੇ ਭੈਣੋ ਅੱਜ ਫੇਰ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕਰਨਾ ਚਾਹੁੰਦੇ ਹਾਂ ਔਰ ਤੁਹਾਡੇ ਕਈ ਸਵਾਲ ਆਏ ਸੇ ਆਏ ਨੇ ਉਹਨਾਂ ਦਾ ਜਵਾਬ ਵੀ ਮੈਂ ਦੇਣਾ ਔਰ ਮੈਂ ਜਿਹੜੀਆਂ ਗੱਲਾਂ ਮੇਰੇ ਕੋਲ ਦਿੱਲੀਆਂ ਨੇ ਉਹ ਵੀ ਤੁਹਾਡੇ ਨਾਲ ਨਾ ਫੈਲਾ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਇਹ ਹੈ ਜੋ ਸਾਡੇ ਸਾਰੇ ਪੰਜਾਬੀਆਂ ਦੇ ਅਜਮਨ ਚ ਇਹ ਗੱਲ ਬਸੀ ਹੋਈ ਹੈ ਕਿ ਸਾਡੇ ਵੀਰ ਸਾਡੇ ਭੈਣਾ ਬੱਚੇ ਅੱਜ ਦਿੱਲੀ ਦੇ ਬਾਰਡਰ ਤੇ ਬੈਠੇ ਨੇ ਸਭ ਉਸ ਵਾਸਤੇ ਬੈਠੇ ਨੇ ਕਿ ਜਿਹੜੀ ਇਹ ਸੈਂਟਰ ਦੀ ਸਰਕਾਰ ਹੈ ਜਿਨ੍ਹਾਂ ਨੇ ਕਾਨੂੰਨ ਸਾਡੇ ਖੇਤੀ ਦੇ ਕੀਤੇ ਨੇ ਬਗੈਰ ਸਾਨੂੰ ਪੁੱਛੇ ਔਰ ਇਹ ਜਾਣਦੇ ਹੋਏ ਕਿ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਇਹ ਕਰਨ ਦਾ ਕਿਉਂਕਿ ਜਿੱਥੇ ਤਾਂ ਇਹ ਖੇਤੀਬਾੜੀ ਦਾ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਆ ਸੰਵਿਧਾਨ ਦੇ ਵਿੱਚ ਹੈ ਉਹ ਸਟੇਟ ਦਾ ਸਬਜੈਕਟ ਹੈ ਉਹਨਾਂ ਦਾ ਸੈਂਟਰ ਦਾ ਸਬਜੈਕਟ ਨਹੀਂ ਹੈ ਸ਼ੈਡਿਊਲ 7 ਦਾ ਦੋਵਾਂ ਹਿੱਸਾ ਦੇ ਵਿੱਚ ਦੋ ਹਿੱਸੇ ਨੇ ਪਹਿਲਾ ਇਹ ਸਾ ਦੱਸਦਾ ਹੈ ਕਿ ਕਿਹੜੀਆਂ ਚੀਜ਼ਾਂ ਸੈਂਟਰ ਸੰਭਾਲਦੀ ਹੈ ਔਰ ਦੂਜਾ ਇਹ ਸਾ ਦੱਸਦਾ ਹੈ ਕਿ ਸਟੇਟਾਂ ਦੇ ਕੋਲ ਕੀ ਹੈ ਔਰ ਐਗਰੀਕਲਚਰ ਖੇਤੀਬਾੜੀ ਸਟੇਟਾਂ ਦਾ ਸਬਜੈਕਟ ਹੈ ਬਗੈਰ ਸਾਨੂੰ ਪੁੱਛੇ ਬਗੈਰ ਕਾਨੂੰਨ ਕੁਝ ਬਦਲੇ ਫਟਾ ਕੇ ਨਵੇਂ ਕਾਨੂੰਨ ਚੱਕ ਕੇ ਉੱਥੇ ਮਾਰੇ ਔਰ ਔਰ ਹਾਲਾਤੇ ਬਣਾ ਦਿੰਦੇ ਅੱਜ ਕਿਸਾਨੀ ਥੋੜੀ ਉੱਥੇ ਬੈਠੀ ਹੈ ਕਿਉਂ ਅੱਜ ਤੁਸੀਂ ਦੇਖਿਆ ਕਿਨੇ ਬਜ਼ੁਰਗ ਉੱਥੇ ਬੈਠੇ ਨੇ ਉਹ ਬਜ਼ੁਰਗ ਆਪਣੇ ਵਾਸਤੇ ਨਹੀਂ ਬੈਠੇ ਕਿਉਂਕਿ ਉਹਨਾਂ ਦੇ ਤਾਂ 5 ਸਾਲ ਐ ਹੋਰ 4 ਸਾਲ ਨੇ 8 ਸਾਲ ਨੇ ਉਹ ਬੈਠੇ ਨੇ ਥੋੜੇ ਵਾਸਤੇ ਬੱਚੇ ਵਾਸਤੇ ਨਵੀਂ ਪੀੜ੍ਹੀ ਵਾਸਤੇ ਬੈਠੇ ਨੇ ਕਿ ਜਿਹੜੇ ਇਹ ਕਾਨੂੰਨ ਅਗਰੇ ਐ ਲਾਗੂ ਹੋ ਜਾਣ ਕਿ ਸਾਡੇ ਪੇ ਅਗਲੀ ਪੀੜ੍ਹੀ ਦਾ ਕੀ ਬਣੂਗਾ ਹੁਣ ਮੈਂ ਮਿਸਾਲ ਦੇ ਤੌਰ ਤੇ ਦੱਸਦਾ ਐ ਐਮ ਐਸ ਪੀ ਮਿਲਦੀ ਸੀ ਹਰ ਸਾਲ ਸਾਡੀ ਪਾਰਟੀ ਜਦੋਂ ਤੋਂ ਇਹ ਸ਼ੁਰੂ ਹੋਈ ਐ 1968 ਤੋਂ ਐਮ ਐਸ ਪੀ ਉਦੋਂ ਤੋਂ ਲਗਾਤਾਰ ਦਿੰਦੇ ਆਏ ਨੇ ਔਰ ਕਿਸੇ ਨੇ ਕਦੇ ਪੁੱਛਿਆ ਹੀ ਨਹੀਂ ਕਿ ਐਮਐਸਪੀ ਮਿਲੂਗੀ ਜਾਂ ਨਹੀਂ ਮਿਲੂਗੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਐਮਐਸਪੀ ਮਿਲੂਗੀ। ਔਰ ਉਹ ਉਹ ਜਿਹੜੀ ਐਮਐਸਪੀ ਹੈ ਕੀ ਚੀਜ਼ ਹੈ? ਕਿ ਜਿਹੜੀ ਤੁਸੀਂ ਹਿੰਮਤ ਕਰਦੇ ਹੋ ਤੁਸੀਂ ਮਿਹਨਤ ਕਰਦੇ ਹੋ ਉਹ ਇੱਕ ਸਰਕਾਰ ਇੱਕ ਆ ਭਾ ਦੱਸਦੀ ਹੈ ਕਿ ਅਸੀਂ ਇਸ ਭਾਤੇ ਖਰੀਦਾਂਗੇ। ਖਰੀਦ ਕੌਣ ਕਰਦਾ ਹੈ? ਫੂਡ ਕਾਰਪੋਰੇਸ਼ਨ। ਫੂਡ ਕਾਰਪੋਰੇਸ਼ਨ ਸਾਡੇ ਸਾਡੇ ਆਪਣੇ ਵੀ ਪੰਜਾਬ ਸਰਕਾਰ ਦੇ ਵੀ ਮਹਿਕਬੇ ਨੇ ਉਹਨਾਂ ਦੇ ਰਾਹੀਂ ਲੇਕਿਨ ਪੈਸਾ ਸਰਕਾਰ ਗਵਰਨਮੈਂਟ ਆਫ ਇੰਡੀਆ ਦਾ ਹੈ। ਔਰ ਉਹ ਕਰਕੇ ਫੂਡ ਕੋਆਪਰੇਸ਼ਨ ਚੱਕਦੀ ਹੈ ਫੂਡ ਮਿਨਿਸਟਰੀ ਸੈਂਟਰ ਆਫ ਸੈਂਟਰ ਸਰਕਾਰ ਦੇ ਕੋਡ ਇਹ ਇਹ ਸਾਰਾ ਕਣਕ ਝੋਨਾ ਵਗੈਰਾ ਜਾਂਦਾ ਹੈ ਔਰ ਉਹ ਫਿਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਚ ਜਾਂਦਾ ਹੈ ਮਿਨਿਸਟਰੀ ਆਫ ਫੂਡ ਦੇ ਰਾਹੀਂ ਜਿਹੜੇ ਲੋਗਾ ਨੂੰ ਜਿਹੜੇ ਸਾਡੇ ਗਰੀਬ ਲੋਕ ਬੈਠੇ ਨੇ ਦੇਸ਼ ਚ ਔਰ ਤੇ ਵੰਡਕ ਭਾਣ ਨੂੰ ਐਮਐਸਪੀ ਚੱਕਦਾ ਮੰਡੀ ਸਿਸਟਮ ਚ ਚੱਕਦੀ ਜਿਹੜਾ ਕੁਝ ਪੀਡੀਐਸ ਦਾ ਸਿਸਟਮ ਪਤਾ ਨਹੀਂ ਇਹਨਾਂ ਨੇ ਕੈਸੇ ਲਾਗੂ ਰੱਖਣਾ ਕਿਉਂਕਿ ਅਗਰ ਐਫਸੀਆਈ ਨਹੀਂ ਰਹੇਗੀ ਐਫਸੀਆਈ ਵੀ ਚੱਕਣ ਵਾਸਤੇ ਇਹਨਾਂ ਨੇ ਸਭ ਕੁਝ ਕਰਤਾ ਫਿਰ ਕੌਣ ਵੰਡੂਗਾ ਗਰੀਬਾਂ ਵਾਸਤੇ ਔਰ ਇਹ ਹਾਲਾਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਦਿਨੇ ਬਹਿਸ ਚੱਲ ਰਹੀ ਸੀ ਵਿਧਾਨ ਸਭਾ ਦੇ ਵਿੱਚ ਉਹ ਦਿਨ ਇੱਕ ਐਮਐਨ ਸਾਹਿਬ ਨੇ ਉੱਥੇ ਉੱਥੇ ਬਿਆਨ ਦਿੱਸਿਆ ਸੀ ਕਿ ਉਹ ਦਿਨ ਸਵੇਰੇ ਆਪਣੇ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਐਮਐਸਪੀ ਸੀ ਮੱਕੀ ਦੇ ਵਿੱਚ 1800 ਰੁਪਏ ਉਸ ਜੇਰਾ ਕੋਈ ਮੰਡੀ ਦੇ ਵਿੱਚ ਲੈ ਕੇ ਗਿਆ ਸੀ ਉਹਨੂੰ 600 ਰੁਪਏ ਤੇ ਵੇਚਣੀ ਪਈ ਇਹ ਹੋਏਗਾ ਸਾਡੇ ਨਾਲ ਅਗਰ ਇਹ ਇਹ ਗੱਲਾਂ ਹੁੰਦੀਆਂ ਜਿਹੜੇ ਜਿਹੜੀਆਂ ਚਾਹਦੇ ਨੇ ਇਹ ਸਾਡੇ ਕਿਸਾਨੀ ਦੇ ਨਾਲ ਕਰਨ ਤਾਂ ਹੀ ਕਿਸਾਨੀ ਆਦ ਲਿਖਣੀ ਹੈ ਕਿ ਅੱਜ ਜਿਹੜੇ ਸਾਡੇ 75% ਦਾ ਸਾਡੇ ਕਿਸਾਨ ਕਿਸੇ ਕੋਲ 2 ਏਕੜਾ ਹੈ ਕਿਸੇ ਕੋਲ ਇੱਕ ਏਕੜਾ ਹੈ ਇੱਕ ਕਿਸੇ ਕੋਲ ਡੇਢ ਏਕੜਾ ਹੈ ਉਹ ਕਿਵੇਂ ਆਪਣੇ ਆਪਣਾ ਗੁਜ਼ਾਰਾ ਕਰਨਗੇ ਅਗਰ ਤੁਸੀਂ ਕੋਈ ਭਾਅ ਉਹਨਾਂ ਨੂੰ ਪਤਾ ਵੀ ਨਹੀਂ ਕਿ ਸਾਨੂੰ ਮਿਲੂਗਾ ਕੀ ਅਗਰ ਇਹ ਹੋਣ ਲੱਗ ਜੇ ਉੱਥੇ ਔਰ ਅੱਜ ਜਿਹੜਾ ਕਣਕ ਕਣਕ ਦਾ ਹੈ ਝੋਨੇ ਦਾ ਤੋਂ ਉਹਨੂੰ ਇੱਥੇ ਮਿਲ ਰਿਹਾ ਹੈ ਉਹਦਾ ਤੁਹਾਨੂੰ ਖੁੱਲੇ ਮਾਰਕੀਟ ਦੇ ਵਿੱਚ ਇਹ ਜਿਹੜੇ ਵੱਡੇ ਕੋਈ ਆਉਣ ਕੇ ਖਰੀਦਣ ਨੂੰ ਉਹ ਤੁਹਾਨੂੰ ਰੇਟ ਤੇ ਥੋੜੇ ਥੋੜੇ ਕੋਲ ਤੁਹਾਨੂੰ ਮਿਲੂਗਾ ਕੀ ਤੁਹਾਨੂੰ ਜਿੰਨੀ ਤੁਹਾਡੀ ਆਮਦਨ ਆ ਜੇ ਉਸ ਤੋਂ ਘੱਟ ਘੱਟ ਜਾਣੀ ਹੈ। ਤੋਂ ਇਹ ਚੀਜ਼ਾਂ ਇਹਨਾਂ ਨੇ ਬਿਨਾਂ ਸੋਚੇ ਔਰ ਇੱਥੇ ਜਾ ਕੇ ਲਾਗੂ ਕਰ ਦਿੱਤੀਆਂ ਔਰ ਸਾਰੀ ਕਿਸਾਨੀ ਅੱਜ ਹਿੰਦੁਸਤਾਨ ਦੀ ਉੱਠੀ ਹੋਈ ਹੈ। 80% ਇਹ ਸਾਡੇ ਪੰਜਾਬ ਹਿੰਦੁਸਤਾਨ ਦੇ ਜਿਹੜੇ ਲੋਕ ਵਸਦੇ ਨੇ ਉਹ ਪਿੰਡਾਂ ਦੇ ਵਿੱਚ ਵਸਦੇ ਨੇ। ਔਰ ਅੱਜ ਇਹ ਇਹਨਾਂ ਨੂੰ ਤਾਂ ਹੀ ਕਿਸਾਨੀ ਅਜੋ ਉੱਥੇ ਬੈਠੇ ਠੰਡ ਦੇ ਵਿੱਚ ਔਰ ਜਿਸ ਤਰੀਕੇ ਨਾਲ ਗਿਲ ਔਰ ਬਾਰਿਸ਼ ਆਈ ਸੀ ਗਿੱਲੀਆਂ ਰਜਾਈਆਂ ਦੇ ਵਿੱਚ ਗਿਲੇ ਉੱਥੇ ਤਰਪਾਲਾ ਪਾਈਆਂ ਨੇ ਤਰਪਾਲ ਪਾਣੀ ਰੋਕਦਾ ਨਹੀਂ ਔਰ ਉੱਥੇ ਵਿਚਾਰੇ ਗਰੀਬ ਉੱਥੇ ਅੱਗ ਸੇਕਦੇ ਹੋਏ ਉੱਥੇ ਬੈਠੇ ਨੇ ਸਭ ਤੁਹਾਡੇ ਸਾਹਮਣੇ ਔਰ ਕੀ ਹੋਇਆ ਨਤੀਜਾ ਇਹ ਨਿਕਲਿਆ ਆ ਲੋ ਮੇਰੇ ਕੋਲ ਅੱਜ 76 ਲੋਗਾ ਦੀ ਅਥੇ ਕਬੜਾ ਹੀ ਹੈ ਕਿ ਸਾਡੇ ਇਸ ਕਿਸਾਨੀ ਦੇ ਅੰਦੋਲਨ ਦੇ ਵਿੱਚ ਪੂਰੇ ਹੋ ਗਏ ਨੇ ਬਜ਼ੁਰਗੋਣੇ ਹੈ ਠੰਡੇ ਦੇ ਵਿੱਚ ਇਸ ਤਰੀਕੇ ਨਾਲ ਜਾਣੇ ਅਸੀਂ ਆਪਣੇ ਵੱਲੋਂ ਹਰ ਬੰਦੇ ਨੂੰ ਜਿਹੜੇ ਮੇਰੇ ਕੋਲ 76 ਪਹੁੰਚੇ ਨੇ ਇੱਥੇ ਮੇਰੇ ਕੋਲ ਕਾਗਜ਼ ਸ਼ਾਇਦ ਹੋਰ ਹੋਣ ਪਰ ਹਾਲੇ ਤੱਕ ਮੇਰੇ ਦਫ਼ਤਰ ਦੇ ਵਿੱਚ 76 ਪਹੁੰਚੇ ਨੇ ਅਸੀਂ 5-5 ਲੱਖ ਰੁਪਈਆ ਸਾਰੇ ਪਰਿਵਾਰਾਂ ਨੂੰ ਦੇ ਰਹੇ ਹਾਂ ਉਹਨਾਂ ਦੀ ਮਦਦ ਵਾਸਤੇ ਔਰ ਮੈਂ ਅਜਨਾਨ ਕਰ ਦੇ ਕਿ ਹਰ ਜਿਹੜਾ ਕਿਸਾਨ ਉਥੇ ਸ਼ਹੀਦ ਹੰਦਰਸ ਅੰਦolan ਦੇ ਵਿੱਚ ਉਹਦੇ ਇੱਕ ਬੱਚੇ ਨੂੰ ਅਸੀਂ ਨੌਕਰੀ ਦੇਵਾਂਗੇ ਸਰਕਾਰ ਦੇਊਗੀ ਆਪਣੀ ਨੌਕਰੀ ਇਹ ਗੱਲਾਂ ਤਾਂ ਅਸੀਂ ਕਰ ਸਕਦੇ ਆ ਲੇਕਿਨ ਮੈਨੂੰ ਹਨਾ ਨਹੀਂ ਇਸ ਗੱਲ ਦੀ ਹੈ ਕਿ ਸੈਂਟਰ ਵਾਲੇ ਕੋਈ ਸੋਚਦੇ ਨਹੀਂ ਆ ਦੇਖੋ ਅੱਜ ਮੈਨੂੰ ਇੱਕ ਇੱਕ ਸਵਾਲ ਆਇਆ ਇਹ ਆਇਆ ਹਰਦੇਵ ਸਿੱਧੂ ਤਰਨਤਾਰਨ ਤੋਂ ਕਿ ਇਹ ਪੁੱਛ ਰਹੇ ਨੇ ਕਿ ਐਨਾ ਇਹਨਾਂ ਦੇ ਵਿੱਚ ਇਹ ਇਹ ਸਰਕਾਰ ਕਦੇ ਸੋਚਦੀ ਨਹੀਂ ਕਿ ਕਰਦੀ ਕੀ ਹੈ ਇਸ ਅਸੀਂ ਲੋਕਰਾਜ ਦੇ ਵਿੱਚ ਰਹ ਰਹੇ ਆ ਜਾਂ ਨਹੀਂ ਮੈਨੂੰ ਤਾਂ ਇਹ ਤੁਸੀਂ ਉਹਨਾਂ ਨੂੰ ਕਰੋ ਉਹਨਾਂ ਨੂੰ ਉਹਨਾਂ ਨੂੰ ਪੁੱਛੋ ਜਦ ਆਉਣ ਕੇ ਕੋਈ ਬੀਜੇਪੀ ਵਾਲੇ ਕੇ ਬਈ ਤੁਸੀਂ ਇਹ ਲੋਕ ਰਾਜ ਹੈ ਜਾਂ ਕੀ ਹੈ ਇੱਥੇ ਇੱਥੇ ਤੁਸੀਂ ਕੀ ਬਣਾ ਰਿਹਾ ਬਣਾ ਦਿੱਤਾ ਸਾਡੇ ਪੰਜਾਬ ਦਾ ਮੈਂ ਤੁਹਾਡੇ ਨਾਲ ਹਰਦੇਵ ਜੀ ਬਿਲਕੁਲ ਸਹਿਮਤ ਹੈ ਕਿ ਜੋ ਇਹਨਾਂ ਨੇ ਇਹ ਕਰ ਰਹੇ ਨੇ ਇਹ ਬਿਲਕੁਲ ਕਾਨੂੰਨ ਅ ਇਨਸਾਨੀਅਤ ਦੇ ਉਲਟ ਨੇ ਔਰ ਇਹ ਨਹੀਂ ਸਮਝਦੇ ਕਿਉਂਕਿ ਉਹਨਾਂ ਦੇ ਵਿੱਚੋਂ ਤਾਂ ਬੜੇ ਇਕੱਠ ਲੋਕ ਨੇ ਜੋ ਕਿਸਾਨੀ ਕਰਦੇ ਨੇ ਉਹ ਤਾਂ ਵੇਚਣ ਵਾਲੇ ਨੇ ਖਰੀਦਣ ਵਾਲੇ ਨਹੀਂ ਜਾਂ ਪੈਦਾ ਕਰਨ ਵਾਲੇ ਨਹੀਂ ਉਹਦਾ ਖਰੀਦ ਕੇ ਵੇਚ-ਵੇਚ ਲੈਂਦੇ ਨੇ ਅਗੇ। ਤੋਂ ਇਹ ਚੀਜ਼ਾਂ ਇਹ ਇਸ ਸਵਾਲ ਉਹਨਾਂ ਨੂੰ ਆਪਾਂ ਨੂੰ ਕਰਨਾ ਪਊਗਾ। ਦੂਸਰਾ ਮੈਨੂੰ ਇੱਕ ਸਵਾਲ ਆਇਆ ਹੈ। ਚੌਟ ਚੌਟ ਸਾਡੇ ਪਟਿਆਲੇ ਦੇ ਕੋਲ ਹੈ ਪੰਚਾਇਤ ਮੈਂਬਰ ਹੈ ਕਿ ਇੱਥੇ ਜਿਹੜਾ ਦੁੱਧ ਬਿਕ ਰਿਹਾ ਹੈ ਉਹਦੇ ਵਿੱਚ ਬਹੁਤ ਮਿਲਾਵਟ ਹੋ ਰਹੀ ਹੈ। ਮੈਂ ਆਜੇ ਉਹਨਾਂ ਨੂੰ ਕਹਿ ਦਿੱਤਾ ਮਹਿਕਮੇ ਨੂੰ ਇੱਕਦਮ ਆਪਾਂ ਨੂੰ ਚਾਲੂ ਕਰਨੇ ਪਾਏਗਾ ਪ੍ਰੋਗਰਾਮ ਦੁਬਾਰਾ ਚੈਕਿੰਗ ਦਾ ਔਰ ਜਿੱਤੇ ਮੈਨੇ ਮੈਨੂੰ ਪਤਾ ਲੱਗਿਆ ਕਿ ਕੋਈ ਕਾਹੀ ਜੀ ਗੱਲ ਕਰ ਰਿਹਾ ਹੈ। ਔਰ ਬਨੋਟੀ ਦੁੱਧ ਵੇਚ ਰਹੇ ਹਨ ਲੋਕਾਂ ਨੂੰ ਵਿੱਚ ਕੁਝ ਪਾ ਕੇ ਕਦੇ ਯੂਰੀਆ ਪਾ ਦਿੰਦੇ ਨੇ ਵਿੱਚ ਕਦੇ ਕੁਝ ਹੋਰ ਪਾ ਦਿੰਦੇ ਨੇ ਸਖਤ ਕਦਮ ਅਸੀਂ ਚੱਕਾਂਗੇ ਇਹ ਮੈਂ ਤੁਹਾਨੂੰ ਗਾਰੰਟੀ ਕਰਦਾ ਹਾਂ ਥੋੜੀ ਤੁਸੀਂ ਆਪਣਾ ਨਾਮ ਨਹੀਂ ਦਿੱਤਾ ਤੁਸੀਂ ਸਿਰਫ ਕਿਹਾ ਪੰਚਾਇਤ ਦਾ ਮੈਂਬਰ ਪਿੰਡ ਚੌਂਟ ਪਟਿਆਲਾ ਤੋਂ ਜੋ ਵੀ ਹੈ ਤੁਸੀਂ ਸੁਣਦੇ ਹੋਵੋਗੇ ਤੁਸੀਂ ਆ ਗੱਲ ਆਪਣੇ ਮੰਚ ਵਸਾ ਲੈਣਾ ਕਿ ਅਸੀਂ ਇਹ ਬਿਲਕੁਲ ਇਹ ਹੋਣ ਨਹੀਂ ਦੇਣੀ ਇਹ ਪਰਵੀਨ ਸਿੰਘ ਜੀ ਪਠਾਨਕੋਟ ਤੋਂ ਕਹਿ ਰਹੇ ਨੇ ਕਿ ਸਾਡੇ ਪਿੰਡ ਵਿੱਚ ਅ ਮੈਂ ਪਿੰਡ ਖਡਾਵਰ ਪਠਾਨਕੋਟ ਦੇ ਵਿੱਚੋਂ ਐ ਡੇਲੀ ਕੋਈ ਮਨੋਟੀ ਸ਼ਰਾਬ ਵੇਚਣ ਵਾਲਾ 4 4 ਵਜੇ ਆਉਂਦੇ ਨੇ ਔਰ 10 ਵਜੇ ਰਾਤ ਨੂੰ ਜਾਂਦੇ ਨੇ ਔਰ ਕੋਈ ਐਕਸ਼ਨ ਨਹੀਂ ਲਿਤਾ ਜਾ ਰਿਹਾ ਮੈਂ ਹੁਣੀ ਸਪੈਸ਼ਲ ਟਾਸਕ ਫੋਰਸ ਨੂੰ ਬਣਾਈ ਹੈ ਇਸ ਵਾਸਤੇ ਉਹਨਾਂ ਨੂੰ ਕਹਿ ਰਿਹਾ ਪੁਲਿਸ ਨੂੰ ਕਹਿ ਰਿਹਾ ਕਿ ਸਾਰੇ ਇੱਥੇ ਇਹਨਾਂ ਨੂੰ ਫੜਨ ਔਰ ਸਾਰੇ ਕਿਤੇ ਇੱਥੇ ਤਿਆਰੀ ਕਰਨ ਜਿੱਥੇ ਜਿੱਥੇ ਲੋਕ ਜਾਣਦੇ ਨੇ ਜਿਹੜੇ ਵੀ ਪਿੰਨਾ ਚ ਛਾਪੇ ਮਾਰ ਕੇ ਇਹਨਾਂ ਨੂੰ ਪੜਨ ਔਰ ਅਸੀਂ ਸਖਤੀ ਕਰਾਂਗੇ ਬਹੁਤ ਕਿਉਂਕਿ ਇਹ ਹੈ ਬਨੌਟੀ ਜਿਹਦੇ ਨਾਲ ਸਾਡੀ ਤਰਨ ਤਾਰਨ ਵਗੈਰਾ ਵਿੱਚ ਵੀ ਉੱਥੇ ਲੋਕਾਂ ਦੀ ਜਾਨਾਂ ਗਈਆਂ ਸੀ ਔਰ ਮੈਂ ਹੁਣ ਨਹੀਂ ਦੇਣਾ ਪੰਜਾਬ ਚ ਮੈਂ ਕਿਆ ਹੋਇਆ ਪਹਿਲਾਂ ਔਰ ਅੱਜ ਤੋਂ ਅਸੀਂ ਸਖਤੀ ਕਰਕੇ ਇਸ ਨੂੰ ਰੋਕਾਂਗੇ ਬਲਪ੍ਰੀਤ ਜੀ ਰਾਜਪੁਰੇ ਤੋਂ ਲਿਖਦੇ ਨੇ ਕਿ ਇੱਕ ਨਾਨਕ ਸਿੰਘ ਜੀ ਨੇ ਉੱਥੇ ਇਹ ਬਹੁਤ ਗਰੀਬ ਨੇ ਉਹਨਾਂ ਬਹੁਤ ਬਿਰਧ ਨੇ ਉਹਨਾਂ ਦੇ ਕੋਈ ਬੱਚਾ ਨਹੀਂ ਕੋਈ ਕਰਜ਼ ਨਹੀਂ ਕੋਈ ਕਦੇ ਆਪਣੇ ਭੈਣ ਕੋਲ ਰਹਿ ਜਾਂਦੇ ਨਹੀਂ ਅ ਕਦੇ ਕੁਝ ਵੇਚ ਲੈਂਦੇ ਨੇ ਥੋੜਾ ਬਹੁਤ ਆਗਰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਚ ਕੋਈ ਕਿਸੇ ਦਿਨ ਹਿੰਮਤ ਹੈ ਕਮਣ ਦੀ ਔਰ ਬੜੇ ਹੈਂਡੀਕੈਪ ਨੇ ਔਰ ਬੜੀ ਮੁਸ਼ਕਲ ਤਰੀਕੇ ਨਾਲ ਖੜਦੇ ਹੋਏ ਨੇ ਔਰ ਉਹ ਚਾਹੁੰਦੇ ਨੇ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਮੈਂ ਇਹਨਾਂ ਦੀ ਹੁਣੀ ਸਾਡੇ ਦਫ਼ਤਰ ਵੱਲੋਂ ਅਸੀਂ ਉਹਨਾਂ ਦੀ ਫਾਈਨੈਂਸ਼ੀਅਲ ਅਸਿਸਟੈਂਟ ਕੁਝ ਪੇ ਜਾਣਗੇ ताकि उन्हें भी सी मदद कर सकी है और नाले इन्हें पेंशन भी, भी मांगा है सी सो ये दोनों चीजें ऐसी काम हो उन्होंने बस। अ ਤੁਸੀਂ ਅੱਜ ਕਿਹਾ ਹੈ बीमा सिंह जी लुधियाणे होके ਤੁਹਾਨੂੰ ਬੜੀ ਖੁਸ਼ੀ ਹੈ ਇਹ ਬਸੇਰਾ ਸਕੀਮ ਦੀ। ਮੈਂ ਆਸ ਕਰਦੇ ਹਾਂ ਕਿ ਬਹੁਤ ਜਲਦੀ ਇਹ ਇਸ ਨੂੰ ਲਾਗੂ ਕੀਤਾ ਜਾਊਗਾ और अगर कोई कोई टिल हुई ਸਾਡੇ ਵੱਲੋਂ सरकार ਵੱਲੋਂ ਤੁਸੀਂ ਮੈਨੂੰ ਜਰੂਰ ਇਸ ਦੁਆਰਾ ਲੈ ਕੇ ਦੱਸਣਾ। ਅਸੀਂ ਇਹਨੂੰ ਬਿਲਕੁਲ ਸਿਰੇ ਚੜਾ ਕੇ ਰੱਖਾਂਗੇ और वो बड़ी जल्दी ਮੈਂ ਤਾਂ ਬਹੁਤ ਦੇਰ ਦੀ ਅਚਾਨਕੀ ਸਕੀਮ ਅਸੀਂ ਕਰੀਏ ਕਿ ਜਿਹੜੇ ਗਰੀਬ ਸਾਡੇ ਇੱਥੇ ਸਲਮ ਨੇ ਆਪਣੇ ਸ਼ਹਿਰਾਂ ਦੇ ਵਿੱਚ ਇਹੋ ਜਿੱਥੇ ਉਹਨਾਂ ਦੀ ਜਿੱਥੇ ਵਸਦੇ ਨੇ ਲੋਕ ਉਹ ਜ਼ਮੀਨ ਉਹਨਾਂ ਦੇ ਨਾਮ ਕੀਤੀ ਜਾਵੇ ਔਰ ਅਸੀਂ ਇਹ ਪ੍ਰੋਜੈਕਟ ਨੂੰ ਕਰ ਦਿੱਤਾ ਔਰ ਇਹ ਤੁਹਾਡੀ ਜਿੱਥੇ ਜਿੱਥੇ ਤੁਹਾਡੇ ਆਪਣੇ ਗਰੀਬ ਵਸ ਰਹੇ ਨੇ ਸਲਮ ਦੇ ਵਿੱਚ ਉਹ ਜ਼ਮੀਨ ਉਹਨਾਂ ਨੂੰ ਹੁਣ ਪਿਰਾਣੀ ਆ ਇਹ ਅਜੈਬ ਸਿੰਘ ਜੀ ਬੋਪਰਾਏ ਗੜਸ਼ੰਕਰ ਤੁਮੈਨੂੰ ਪੁੱਛਦੇ ਨਹੀਂ। ਔਰ ਇਹ ਮੈਨੂੰ ਪਿਛਲੀ ਵਾਰ ਮੈਂ ਗਿਆ ਸੀ ਅਨੰਤਪੁਰ ਸਾਹਿਬ ਉੱਥੇ ਵੀ ਮੈਨੂੰ ਦੱਸਿਆ ਸੀ ਅ ਅਨੰਤਪੁਰ ਸਾਹਿਬ ਵਿੱਚ ਔਰ ਉਦੋਂ ਹੀ ਮੈਂ ਸਾਡੇ ਪੀ.ਡਬਲਿਊ.ਡੀ ਵਾਲਿਆਂ ਨੂੰ ਕਹਿਤਾ ਸੀ ਕਿ ਤੁਸੀਂ ਇੱਕ ਸਰਕਾਰ ਬਣਾਓ ਕਿਉਂਕਿ ਮੈਨੂੰ ਉੱਥੇ ਕਹਿਤਾ ਸੀਗਾ ਉੱਥੇ ਜਦਰ ਸਾਹਿਬ ਨੇ ਮੈਨੂੰ ਕਹੀ ਸੀ ਗੱਲ ਕਿ ਇੱਥੇ ਗੜਸ਼ੰਕਰ ਤੋਂ ਇਹ ਜਿਹੜੀ ਸੜਕ ਹੈ ਬਹੁਤ ਮਾੜੀ ਹੈ। ਔਰ ਮੈਂ ਪਤਾ ਨਹੀਂ ਤੁਸੀਂ ਇਹ ਕਿਉਂ ਲਿਖਿਆ ਕਿਉਂਕਿ ਜੋ ਮੈਨੂੰ ਰਿਪੋਰਟ ਹੁਣਾਈ ਹੈ ਕਿ ਇਹ रोपर ਤੋਂ ਲੈ ਕੇ ਇਹ 10 ਮੀਟਰ ਦੀ ਸੜਕ ਚੌੜੀ ਹੈ ਔਰ 16.70 ਕਿਲੋਮੀਟਰ ਲੰਬੀ ਹੈ ਇਹਦੇ ਇਹਦੇ ਵਿੱਚੋਂ 15.67 ਥੋੜੇ ਕਿਲੋਮੀਟਰ ਕੰਪਲੀਟ ਹੋ ਗਏ 1 ਕਿਲੋਮੀਟਰ ਬਚਦਾ ਹੈ ਔਰ ਉਹ ਹੋਲੇ ਮੇਲੇ ਤੋਂ ਪਹਿਲਾਂ ਇਹਦੀ ਮੁਰੰਮਤ ਕੰਪਲੀਟ ਹੋ ਜਾਣੀ ਹੈ ਦੂਸਰਾ ਜੋ ਹੁਸ਼ਿਆਰਪੁਰ ਦੇ ਵਿੱਚ ਸੜਕ ਇਹਦੀ ਇਹਹੀ ਸੜਕ ਆਉਂਦੀ ਹੈ ਉਹਨਾਂ ਦੇ ਜ਼ਿਲ੍ਹੇ 'ਚ ਉਹ 22.4 ਕਿਲੋਮੀਟਰ ਲੈਂਥ ਗੜਸ਼ੰਕਰ ਤੋਂ ਹਨਨਪੁਰ ਸਾਹਿਬ ਤੱਕ ਏ ਹੁਸ਼ਿਆਰਪੁਰ ਦੇ ਵਿੱਚ ਔਰ ਇਹ ਹੈ 7.5 ਮੀਟਰ ਵਾਈਡ ਜਿੰਨਾ ਮੀਟਰ ਚੌੜੀ ਹੈ ਉਹਦੀ ਕੰਡੀਸ਼ਨ ਅੱਛੀ ਹੈ ਇੱਕ ਸਿਰਫ 3 ਕਿਲੋਮੀਟਰ ਨੇ ਫਾਨਪੁਰ ਖੂਈ ਦੇ ਕੋਲ ਜਿਹਦੀ ਮਰਮਤ ਦੀ ਲੋੜ ਹੈ ਔਰ ਉਹ ਸੀ ਹੋਰੇ ਮਹਿਲ ਤੋਂ ਇਹ ਵੀ ਪੂਰੀ ਕੀਤੀ ਜਾਵੇਗੀ ਪ੍ਰਭ ਰਤਨਪਾਲ ਜੀ ਕਪੂਰਥਲੇ ਤੋਂ ਇਹ ਕਹਿੰਦੇ ਨੇ ਕਪੂਰਥਲਾ ਮੈਡੀਕਲ ਕਾਲਜ ਦੀ ਤੁਸੀਂ ਐਲਾਨ ਕਰ ਦਿੱਤਾ ਕਦ ਕਰ ਸ਼ੁਰੂ ਹੋਏਗਾ ਸ਼ੁਰੂਤਾਸੀ ਕਰ ਦਿੱਤਾ ਆ ਹੁਣ ਅਗਸਤ ਇਸ ਮਹੀਨੇ ਤੇ ਇਸ ਸਾਲ ਤੋਂ 21 ਬਾਈ ਤੋਂ ਕਿਉਂਕਿ ਇਸ ਸਾਲ ਜਿਹੜਾ ਅਗਸਤ ਆ ਰਿਹਾ ਉਹਦੇ ਵਿੱਚੋਂ ਸਾਡੀ ਐਡਮਿਸ਼ਨਾਂ ਵੀ ਸ਼ੁਰੂ ਹੋ ਜਾਣੀਆਂ ਨੇ ਤੋਂ ਐਡਮਿਸ਼ਨ ਅਸੀਂ ਸ਼ੁਰੂ ਕਰ ਰਹੇ ਆ ਇੱਕ ਤੰ ਨੈਚੁਰਲੀ ਟਾਈਮ ਲੱਗਦਾ ਹੈ ਬਿਲਡਿੰਗਾਂ ਬਣਾਉਣ ਨੂੰ ਤੋਂ ਟੈਂਪਰੇਰੀ ਕੰਮ ਤੇ ਅਸੀਂ ਸ਼ੁਰੂ ਕਰਕੇ ਜਿਵੇਂ ਬਾਕੀ ਮੈਡੀਕਲ ਕਾਲਜਿਸ ਵਗੈਰਾ ਲੱਗ ਰਹੇ ਆ ਆਸ ਆਸਾ ਬਿਲਡਿੰਗ ਬਣ ਜੂਗੀ ਫਿਰ ਆਪਾਂ ਉਸ ਨੂੰ ਪੂਰੀ ਤਰੀਕੇ ਨਾਲ ਮੈਡੀਕਲ ਕਾਲਜ ਥੋੜਾ ਚੱਲੂ ਲੇਕਿਨ ਕੰਮ ਸ਼ੁਰੂ ਹੋ ਜਾਣਾ ਥੋੜਾ ਉਹ ਐਪੋਰਟਨ ਮਨਦੀਪ ਸਿੰਘ ਜੀ ਫਤਿਹਗੜ ਸਾਹਿਬ ਤੋਂ ਇਹ ਕਹਿ ਰਹੇ ਨੇ ਕਿ ਸਾਧੂਗੜ ਐਨੀਮਲ ਮਾਰਡ ਜਿਹੜੀ ਪਸ਼ੂਆਂ ਦੀ ਮੰਡੀ ਹੈ ਫਤਿਹਗੜ ਸਾਹਿਬ ਦੇ ਵਿੱਚ ਬਿਲਕੁਲ ਟੁੱਟੀ ਪਈ ਹੈ ਇਹ ਐਟ ਅੱਛੀ ਹੁੰਦੀ ਸੀ ਮੰਡੀ ਹੁਣ ਹਾਲਾਤ ਖੜੇ ਨੇ ਤੇ ਇਹਦਾ ਕੁਝ ਪ੍ਰਬੰਧ ਕੀਤਾ ਜਾਵੇ ਇਹਨੂੰ ਠੀਕ ਕਰਨ ਦਾ ਇਹ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਐ ਐਂਡ ਮਾਰਚ 21 ਇਸ 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 ਮਾਰਚ 21 ਦਿਨ ਹੈ ਹੋਰੇ ਹੋਰੇ ਵਿੱਚ ਅਸੀਂ ਤਾਂ ਪੈਣਾ ਸੀ ਕਰਾਂਗੇ ਨਮਰਮਤ ਮੇਰਾ ਮਤਲਬ ਕੁਝ ਐਗਲੀ ਬੁਣੀਆਚ ਹਰੀ ਸਰਨਜੀਤ ਅੰਮ੍ਰਿਤਸਰ ਤੋਂ ਪੁੱਛਦੇ ਨੇ ਕਿ ਅੰਮ੍ਰਿਤਸਰ ਦੇ ਜੋੜਾ ਦਾ ਹਾਰ ਜਿਹੜਾ ਫਾਟਕ ਹੈ ਬਹੁਤ ਟ੍ਰੈਫਿਕ ਜੈਮ ਹੁੰਦੇ ਨੇ ਇਹ ਏਰੀਆਜ਼ ਕੀ ਕੀਤਾ ਚਾਹੂਗਾ ਅਸੀਂ ਇਹਦੇ ਇਸ ਨੂੰ ਓਵਰ ਬ੍ਰਿਜ ਬਣਾਉਣ ਦੀ ਇਹਦੀ ਜ਼ਰੂਰਤ ਸੀ ਉਹ ਐ ਇੰਟਾਇਰ ਜਿਹੜਾ ਇਹਦਾ ਇਹਦਾ ਆਪਾਂ ਨੂੰ ਪੈਸਾ ਇਹਦੇ ਵਾਸਤੇ ਚਾਹੀਦਾ ਹੈ ਉਸੀ 25 ਕਰੋੜ ਐਂਡ ਇਹ ਇੰਪਰੂਵਮੈਂਟ ਟਰਸ ਨੇ ਰੇਲਵੇ ਮੈਕਮੇ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਐਂਡ ਰੇਲਵੇ ਰੇਲਵੇ ਵਾਲੇ ਨੇ ਟੈਂਡਰ ਵੀ ਇਹਦੇ ਬਿਲਾ ਲਏ ਤੇ ਮੈਂ ਸਮਝਦਾ ਕਿ ਜਲਦੀ ਉਹ ਕੰਮ ਇਹਦੇ ਤੇ ਸ਼ੁਰੂ ਹੋ ਜਾਊਗਾ। ਅਮ ਮੈਨੂੰ ਬਿਕਰਮਜੀਤ ਸਿੰਘ ਫਰੋਸਪੁਰ ਦੇ ਕਹਿੰਦੇ ਨੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਜਿਹੜੀ ਆਰਟੀਆਈ ਰਿਸਪਾਂਸ ਜਿਹਦੇ ਵਿੱਚ ਤੁਸੀਂ ਪੰਜਾਬ ਸਰਕਾਰ ਇਹ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਹੈ ਆ ਜਿਹੜੇ ਕਾਨੂੰਨ ਬਣਾਏ ਨੇ ਇਹ ਕਿਸਾਨੀ ਦੇ ਕਾਨੂੰਨ ਉਹਦੇ ਵਿੱਚ ਮੈਂਬਰ ਸੀ ਜਾਂ ਨਹੀਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਜਦ ਮੈਂ ਕੋਈ ਗੱਲ ਕਹਿੰਦਾ ਮੈਂ ਕੋਈ ਗਲਤ ਗੱਲ ਨਹੀਂ ਕਹਿੰਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੀ ਹੋਇਆ ਸੀ ਪ੍ਰਾਈਮ ਮਿਨਿਸਟਰ ਨੇ ਇੱਕ ਚੀਫ ਮਿਨਿਸਟਰਸ ਦੀ ਕਮੇਟੀ ਬਣਾਈ ਉਹਨਾਂ ਦਾ ਇੱਕ ਚੀਫ ਮਿਨਿਸਟਰ ਬਣਾ ਦਿੱਤਾ ਚੇਅਰਮੈਨ ਔਰ ਸਾਰੇ ਸਟੇਟਾ ਨੂੰ ਜਿਹੜੇ ਬਣਾਉਣਾ ਚਾਹੁੰਦੇ ਬਲਾਏ ਪੰਜਾਬ ਨੂੰ ਨਹੀਂ ਉਹਨਾਂ ਨੇ ਪਾਇਆ ਵਿੱਚ ਉੱਥੇ ਉਹਨਾਂ ਦੀ ਪਹਿਲੀ ਮੀਟਿੰਗ ਹੋਈ ਔਰ ਪਹਿਲੀ ਮੀਟਿੰਗ ਦੇ ਵਿੱਚ ਉੱਥੇ ਪੰਜਾਬ ਨਹੀਂ ਸੀ ਜਦੋਂ ਉਹਨਾਂ ਨੇ politcal ਫੈਸਲਾ ਕਰ ਲਿਆ ਫੇਰ ਮੈਂ ਉਹਨਾਂ ਨੂੰ ਚਿੱਠੀ ਲਿਖੀ ਕਿ ਅਸੀਂ 40% ਦੀ ਅੰਦਰਲਾ ਭੰਡਾਰ ਪਰਦੇ ਆ ਪੰਜਾਬ ਵਾਲੇ ਔਰ ਤੁਸੀਂ ਸਾਨੂੰ ਇਹਦਾ ਮੈਂਬਰ ਕਿਉਂ ਕਿਉਂ ਨਹੀਂ ਬਣਾਇਆ ਫੇਰ ਉਹਨਾਂ ਨੇ ਚਿੱਠੀ ਸਾਨੂੰ ਭੇਜ ਕੇ ਇੱਕ ਮੈਂਬਰ ਸਾਡਾ ਬਣਵਾਇਆ ਪੰਜਾਬ ਗਵਰਨਮੈਂਟ ਦਾ ਬਣਾਇਆ ਔਰ ਇੱਕ ਮੀਟਿੰਗ ਹੋਰ ਹੋਈ ਉਹਦੇ ਅਸੀਂ ਸਾਡੇ ਮਿਨਿਸਟਰ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਜੀ ਨੂੰ ਭੇਜਿਆ ਕਿਉਂਕਿ ਇਹ ਉੱਥੇ ਕੋਈ ਫਾਈਨੈਂਸ਼ੀਅਲ ਇਸ਼ੂ ਸੀ ਉਹਦੇ ਵਿੱਚ ਕੋਈ ਪਾਲਿਸੀ ਇਸ਼ੂ ਨਹੀਂ ਸੀ ਸਿਰਫ ਫਾਈਨੈਂਸ਼ੀਅਲ ਇਸ਼ੂ ਸੀ ਔਰ ਉਹਨਾਂ ਨੇ ਜੋ ਉੱਥੇ ਜਵਾਬ ਦੇਣੇ ਸੀ ਉਹਨਾਂ ਨੇ ਦੇ ਦਿੱਤੇ ਆ ਸੀ ਅਸਲੀਅਤ ਉਹਨੇ ਕਿਸੇ ਨੇ ਆਰਟੀਆ ਦਾ ਇਹ ਵਿੱਚ ਪਾਇਆ ਸੀ ਔਰ ਆਰਟੀਆ ਦਾ ਜਵਾਬ ਆ ਗਿਆ ਜਿਹੜਾ ਮੈਂ ਅਖਬਾਰ ਚ ਕੱਲ ਦੇ ਦਿੱਤਾ ਮੈਂ ਟੈਲੀਵਿਜ਼ਨ ਤੇ ਵੀ ਬੋਲੇ ਆ ਸਭ ਕੁਝ ਦੇ ਦੇ ਕੇ ਬਿਲਕੁਲ ਝੂਠ ਬੋਲ ਰਹੇ ਨੇ ਇਹ ਜਿਹੜੇ ਵਿਰੋਧੀ ਸਾਡੇ ਪਾਰਟੀਆਂ ਨੇ ਚਾਹੇ ਅਕਾਲੀ ਦਲ ਹੈ ਚਾਹੇ ਇਹ ਆਮ ਆਦਮੀ ਪਾਰਟੀ ਹੈ ਬਿਲਕੁਲ ਝੂਠੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਅਸਲੀਅਤ ਕੀ ਹੈ ਅਸਲੀਅਤ ਇਹ ਹੈ ਜੋ ਮੈਂ ਦੱਸ ਰਿਹਾ ਹਾਂ ਔਰ ਤੁਹਾਨੂੰ ਕੋਈ ਹੋਰ ਪਤਾ ਕਰਨਾ ਤੁਸੀਂ ਆਰਟੀਆ ਨੂੰ ਤੁਸੀਂ ਲਿਖ ਦਿਓ ਤੁਸੀਂ ਮੰਗ ਲਓ ਔਰ ਤੁਹਾਨੂੰ ਕਾਪੀ ਭੇਜ ਦੇਣਗੇ ਉਸ ਤੇ ਅ ਮੋਹਿਤ ਪਾਕੇ ਜੀ ਪੁੱਛਨੇ ਨੇ ਕਿ ਜੇ ਈ ਔਰ ਐਲ ਡੀ ਸੀ ਪੀ ਐਸ ਪੀ ਸੀ ਐਲ ਦੇ ਵਿੱਚ ਅ ਕੁਝ ਉਹ ਉਹ ਕੰਮ ਰੱਖੇ ਜਾਣਗੇ ਇਹ ਇੱਕ ਤੁਸੀਂ ਕਹਿ ਰਹੇ ਹੋ ਕਿ ਮੈਂ ਤੁਹਾਡਾ ਇਮਤਿਹਾਨ ਤੁਸੀਂ ਇੱਕ ਸਾਲ ਹੋ ਗਿਆ ਪਾਸ ਕੀਤੇ ਨੂੰ ਡਾਕੂਮੈਂਟ ਦੀ ਵੈਰੀਫਿਕੇਸ਼ਨ ਵੀ ਹੋ ਗਈ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਮੋਹ ਜੀ ਕਿ ਤੁਹਾਡੇ ਅਪਾਇੰਟਮੈਂਟ ਆਰਡਰ ਇਸ ਮਹੀਨੇ ਦੇ ਵਿੱਚ ਹੀ ਇਸ਼ੂ ਹੋ ਜਾਣਗੇ ਅ ਤਰਨਦੀਪ ਜੀ ਨੇ ਤਰਨਦੀਪ ਵੈਲਾਸਪੋਰਟ نیوز ਐਡੀਟਰ ਨਿਊਜ਼ੀਲੈਂਡ ਤੋਂ ਆਏ ਨੇ ਪੰਜਾਬੀ نیوز ਵੀਕਲੀ ਐ ਕੋਈ ਪੰਜਾਬੀ ਨਿਊਜ਼ਪੇਪਰ ਨਿਊਜ਼ੀਲੈਂਡ ਮਾਡਾ ਨੰਬਰ ਟੈਲੀਫੋਨ ਨੰਬਰ ਵੀ ਉਠਾ ਦਿੱਤਾ ਹੋਇਆ ਹੈ ਕਿ ਤੁਸੀਂ ਕਿਹਾ ਕਿ ਮੈਂ ਤਰਨਦੀਪ ਐ ਨਿਊਜ਼ੀਲੈਂਡ ਤੋਂ ਆਏ ਹੋਇਆ ਆ ਮੈਂ ਕੀ ਸੋਚਦਾ ਕਿ ਜਿਹੜੇ 40 ਬੰਦਿਆਂ ਨੂੰ ਸਮਨਸ ਕੀਤੇ ਨੇ ਐ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਨੇ ਇਹ ਕਿਸਾਨੀ ਦੇ ਦੇ ਅੰਦੋਲਨ ਚੱਲ ਰਿਹਾ ਹੈ ਇਹ ਠੀਕ ਹੈ ਜਾਂ ਨਹੀਂ ਐਂਡ ਉਹਦੇ ਵਿੱਚ ਕੋ ਜਰਨਲਿਸਟ ਵੀ ਨੇ ਵਾਟਰ ਹੋਲ ਕੈਨ ਪੰਜਾਬ ਗਵਰਨਮੈਂਟ ਪਲੇ ਦੇਖੋ ਕਿਸਾਨੀ ਨਾਲ ਦੇਖੋ ਸਾਡੇ ਪੰਜਾਬੀ ਹੈ ਨਾ ਜਿਹੜੇ ਤੁਸੀਂ ਪਿਆਰ ਨਾਲ ਤਾਂ ਜਿਹਨੂੰ ਮਰਜ਼ੀ ਮਿਲਾ ਦਿਓ ਅਗਰ ਤੁਸੀਂ ਸੰਘ ਦੇਓ ਕਿ ਤੁਸੀਂ ਡਾਂਗ ਚੱਕੋਗੇ ਕਿ ਫਿਰ ਦੂਜੇ ਵੀ ਡਾਂਗ ਚੱਕ ਲੈਣਦੇ ਨੇ ਇਹ ਪੰਜਾਬੀਆਂ ਦੀ ਸਾਡੀ ਸਾਡੀ ਇੱਕ ਮੈਂ ਮੈਂ ਵੀ ਪੰਜਾਬੀ ਹਾਂ ਮੈਨੂੰ ਪਤਾ ਹੈ ਕਿ ਮੇਰੇ ਮੇਰੇ ਦਿਲ ਚ ਕੀ ਗੱਲਾਂ ਚਲਦੀਆਂ ਨੇ ਐਂਡ ਆਈ ਵਿਲ ਨਾਟ ਏ ਮੈਂ ਐਕਸੈਪਟ ਨਹੀਂ ਕਰਦਾ ਇਹ ਜਿਹੜਾ ਇਹ ਤੁਸੀਂ ਸਮਝੋ ਕਿ ਇਹਨਾਂ ਤੇ ਪ੍ਰੈਸ਼ਰ ਪਾ ਰਹੇ ਹੋ ਤੁਸੀਂ ਇਹਨਾਂ ਤੇ ਮੈਂ ਬਿਲਕੁਲ ਇਹਦੇ ਉਲਟਾ ਹੈ ਔਰ ਮੈਂ ਕਹਿ ਚੁੱਕਿਆ ਕਿ ਐਨ ਆਈ ਏ ਦੀ ਇਨਵੈਸਟੀਗੇਸ਼ਨ ਬਿਲਕੁਲ ਐਕਸੈਪਟ ਅਸੀਂ ਨਹੀਂ ਕਰਦੇ ਵਿੱਚ ਹੀ ਖਾਲਸਾ ਏਡ ਵਾਲੇ ਸਾਰੀ ਦੁਨੀਆ ਜਾ ਕੇ ਲੋਕਾਂ ਨੂੰ ਫੁਲਕਾ ਚਕਾਉਂਦੇ ਨੇ ਜਦ ਭੁੱਖੇ ਮਰ ਰਹੇ ਨੇ ਲੋਕ ਔਰ ਤੁਸੀਂ ਉਹਨਾਂ ਨੂੰ ਬੁਲਾ ਰਹੇ ਹੋ ਹੋਰ ਪਤਾ ਨਹੀਂ ਤੁਸੀਂ ਕੋਈ ਜਰਨਲਿਸਟਾਂ ਦੀ ਗੱਲ ਕਰ ਰਹੇ ਹੋ ਪਤਾ ਨਹੀਂ ਕਿਹੜੇ ਹੋਰ ਬੁਲਾਏ ਨੇ ਮੈਨੂੰ ਨਹੀਂ ਪਤਾ ਉਹ ਲਿਸਟ ਕਿਹੜੀ ਹੈ ਚਾਲੀ ਦੀ ਲੇਕਿਨ ਅਸੀਂ ਪੰਜਾਬ ਗਵਰਨਮੈਂਟ ਨਹੀਂ ਕੁਝ ਕਰ ਸਕਦੀ ਇਹਦੇ ਵਿੱਚ ਇਹ ਸੈਂਟਰ ਵਾਲੇ ਨੇ ਜਿਹੜੇ ਕਰ ਰਹੇ ਨੇ ਆ ਜਿਹੜੇ ਉਹਨਾਂ ਨੂੰ ਪੁੱਛੋ ਬੀਜੇਪੀ ਵਾਲਿਆਂ ਨੂੰ ਹੋਮ ਮਿਨਿਸਟਰ ਕੋਲ ਜਾਓ ਹੋਰਾਂ ਕੋਲ ਜਾਓ ਉਹਨਾਂ ਨੂੰ ਕਹੋ ਕਿ ਜੀ ਸਾਡੇ ਬੰਦਿਆਂ ਨੂੰ ਕਿਉਂ ਤੰਗ ਕਰ ਰਹੇ ਹੋ ਤੁਸੀਂ ਮੈਂ ਤਾਂ ਆਪਣੇ ਤੌਰ ਤੇ ਪਬਲਿਕ ਸਟੇਟਮੈਂਟ ਵੀ ਦੇ ਚੁੱਕੇ ਆ ਮੈਂ ਅਖਬਾਰ ਚ ਸਟੇਟਮੈਂਟਾਂ ਵੀ ਦਿੱਤੀਆਂ ਨੇ ਔਰ ਮੈਂ ਇਹ ਕਨਵੇ ਵੀ ਕਰ ਸਕਦਾ ਇੱਕ ਚਿੱਠੀ ਦੇ ਰਾਹੀਂ ਹੋਮ ਮਿਨਿਸਟਰ ਸਾਹਿਬ ਨੂੰ ਕਿ ਇਹ ਇਹ ਗੱਲ ਗਲਤ ਗੱਲ ਨਹੀਂ ਇਹ ਬਿਲਕੁਲ ਠੀਕ ਨਹੀਂ ਹੈ ਅ ਨੰਬਰਦਾਰ ਪਰਮਿੰਦਰ ਬਰਾੜ ਜੀ ਮਲੋਟ ਤੋਂ ਤੁਸੀਂ ਕਹਿ ਪੁੱਛਿਆ ਮੈਨੂੰ ਕਿ ਤੁਹਾਡੀ ਮਲੋਟ ਦੀ ਸੜਕ ਮਲੋਟ ਮੁਕਸਰ ਬੜੀ ਖਰਾਬ ਹੈ ਇਹਦਾ ਕੀ ਕੀਤਾ ਜਾਵੇ ਇਹ ਨੈਸ਼ਨਲ ਹਾਈਵੇ ਹੈ ਐਂਡ ਇਹ ਇੱਕ ਇੱਕੀ ਬਾਇਰੇ ਵਿੱਚ ਇਹਦਾ ਪ੍ਰੋਗਰਾਮ ਬਣਾਇਆ ਹੋਇਆ ਉਹਨੂੰ ਠੀਕ ਕਰਨ ਲਈ ਇਹ ਥੋੜਾ ਜਾਦ ਜਦੋਂ ਜਦੋਂ ਮੰਗੇ ਦਾ ਮੇਲਾ ਹੋਇਆ ਸੀ ਥੋੜੀ ਸਾਡੀ ਪੀਡਬਲੂਡੀ ਨੇ ਮਦਦ ਕਰਕੇ ਪੈਸਾ ਪੁੱਛ ਆ ਕੀਤੀ ਸੀ ਲੇਕਿਨ ਹੁਣ ਐ ਸਾਨੂੰ ਨੈਸ਼ਨਲ ਹਾਈਵੇ ਵਾਲਿਆਂ ਨੇ ਦੱਸਿਆ ਕਿ 2122 ਦੇ ਵਿੱਚ ਇਹਨੂੰ ਦਿੱਤਾ ਹੋ ਗਿਆ ਹੈ ਪ੍ਰੋਗਰਾਮ ਚ ਔਰ ਇਹਨੂੰ ਕੰਪਲੀਟ ਕਰਨਗੇ ਉਹਈ ਗੱਲਾਂ ਸੀਆਂ ਜਿਹੜੀਆਂ ਤੁਸੀਂ ਸਵਾਲ ਕਰਦੇ ਰਹਿੰਦੇ ਹੋ ਮੈਨੂੰ ਦੇਖੋ ਜਿਹੜਾ ਕੁਝ ਹੋ ਰਿਹਾ ਅਸੀਂ ਬੜੀ ਇਹ ਸਾਲ ਜਿਹੜਾ ਲੰਘਿਆ ਕੁਝ ਅਸੀਂ ਦਾ ਮਾੜਾ ਸਾਲ ਸੀ ਪਹਿਲਾ ਕੋਵਿਡ ਕਿੰਨਾ ਨੁਕਸਾਨ ਸਾਡੇ ਲੋਕਾਂ ਦਾ ਉਹਦੇ ਵਿੱਚ ਹੋਇਆ ਕਿੰਨਾ ਸਾਡਾ ਆਰਥਿਕ ਤੌਰ ਤੇ ਹੋਇਆ ਕਿੰਨਾ ਜਾਨੀ ਨੁਕਸਾਨ ਹੋਇਆ ਲੇਕਿਨ ਮਾਰਚ ਤੋਂ ਲੈ ਕੇ ਉਹ ਚੱਲਿਆ ਪਹਿਲਾਂ ਫੇਰ ਆ ਹੁਣ ਉਸ ਤੋਂ ਬਾਅਦ ਇੰਡਸਟਰੀ ਸਾਡੀ ਔਕੀ ਔਕੀ ਤਰੀਕੇ ਨਾਲ ਉੱਠਣ ਲੱਗੀ ਔਰ ਫਿਰ ਆਉਣਾ ਕਿ ਇਹਨਾਂ ਨੇ ਜਾ ਕੇ ਸਾਡੇ ਤੇ ਆ ਕਿਸਾਨੀ ਦੇ ਨਾਲ ਇਹ ਸ਼ੁਰੂ ਕਰਾਤਾ ਉਹਨਾਂ ਦੇ ਨੁਕਸਾਨ ਕਰਾਤਾ ਕਰੇ ਸੋਚਦੇ ਵੀ ਨਹੀਂ ਮੈਨੂੰ ਕਰੇ ਸਮਝ ਨਹੀਂ ਆਉਂਦੀ ਕਿ ਇਹ ਲੋਕ ਕਦੇ ਇਹ ਵੀ ਸੋਚਦੇ ਨੇ ਕਿ ਗਰੀਬ ਲੋਕ ਨੇ ਛੋਟੀ-ਛੋਟੀ ਜ਼ਮੀਨਾਂ ਨੇ ਮਸਾ ਆਪਣਾ ਗੁਜ਼ਾਰਾ ਕਰਦੇ ਨੇ ਔਰ ਫਿਰ ਜਾ ਕੇ ਤੁਸੀਂ ਉਹਨਾਂ ਦੇ ਠੱਪਦੇ ਔਰ ਦੂਸਰਾ ਮੈਂ ਪੁੱਛਣਾ ਚਾਹੁੰਦਾ ਹਾਂ ਉਹਨਾਂ ਨੂੰ ਸੰਵਿਧਾਨ ਹੈ ਇਸ ਦੇਸ਼ 'ਚ ਨਹੀਂ ਅਗਰ ਸੰਵਿਧਾਨ ਹੈ ਇਸ ਦੇਸ਼ ਦੇ ਵਿੱਚ ਤਾਂ ਫਿਰ ਸ਼ੈਡਿਊਲ 7 ਦੇ ਸੈਕੰਡ ਪਾਰਟ ਦੇ ਵਿੱਚ ਪਾਰਟ 2 ਦੇ ਵਿੱਚ ਐਗਰੀਕਲਚਰ ਮੇਰਾ ਸਬਜੈਕਟ ਸੀ ਪੰਜਾਬ ਦਾ ਸਬਜੈਕਟ ਸੀ ਹਿਮਾਚਲ ਦਾ ਸਬਜੈਕਟ ਹੈ ਹਰਿਆਣੇ ਦਾ ਸਬਜੈਕਟ ਹੈ ਦਿੱਲੀ ਦਾ ਸਬਜੈਕਟ ਨਹੀਂ ਹੈ ਪਾਰਲੀਮੈਂਟ ਦਾ ਕਿਉਂ ਤੁਸੀਂ ਇਹ ਚੇਂਜ ਕੀਤਾ ਵਿਦਆਊਟ ਐਨੀ ਕਿਸੇ ਨੋਟਿਸ ਕਰਨੇ ਜਾਂ ਪਾਰਲੀਮੈਂਟ ਵਿੱਚ ਡਿਸਕਸ਼ਨ ਕੀਤੀ ਲੋਕ ਸਭਾ ਦੇ ਵਿੱਚ ਪਾਸ ਕਰਤਾ ਕਿਉਂਕਿ ਉਹਨਾਂ ਦੇ ਕੋਲ ਬਹੁਤ ਮੈਂਬਰ ਨੇ ਰਾਜ ਸਭਾ ਜਿੱਥੇ ਉਹਨਾਂ ਦੇ ਹਸੰਦੇ ਸੀ ਕਿ ਕੋਈ ਗੜਬੜ ਹੋ ਜਾਏ ਉੱਥੇ ਪਾਸ ਹੀ ਨਹੀਂ ਕੀਤਾ ਉੱਥੇ ਬਸ ਉਹ ਹੀ ਰੋੜਾ ਰੋਣਾ ਪਾ ਕੇ ਰੋਣਾ ਰੋਣਾ ਪਾ ਕੇ ਪਾਸ ਇਤਰੀ ਕਿ ਨਹੀਂ ਹੁੰਦੇ ਇਸ ਕੰਮ ਕਰਦੇ ਇਹਦੇ ਨਾਲ ਨੁਕਸਾਨ ਸਾਡਾ ਦੇਸ਼ ਹੋ ਰਿਹਾ ਹੁਣ ਅੱਜ ਜਿਹੜਾ ਸਾਰਾ ਸਾਰੀ ਕਿਸਾਨੀ ਅੰਦੋਲਨ ਦੇ ਕਰ ਰਹੀ ਹੈ ਚਾਹੇ ਤੁਸੀਂ ਕਹਿ ਰਹੇ ਹੋ ਕਿ ਸਿਰਫ ਪੰਜਾਬੀ ਕਰ ਰਹੇ ਨੇ ਪੰਜਾਬੀ ਕਿਤੇ ਕਰ ਰਹੇ ਨੇ ਹਰਿਆਣਵੀ ਬੈਠੇ ਨੇ ਸਾਡੇ ਉੱਤਰਖੰਡ ਦੇ ਬੈਠੇ ਨੇ ਦਿੱਲੀ ਦੇ ਕਿਸਾਨ ਬੈਠੇ ਨੇ ਜਿਹੜੇ ਦਿੱਲੀ ਦੇ ਵਿੱਚ ਪਿੰਡ ਨੇ ਔਰ ਅੰਦਰਲੇ ਪਾਸੇ ਤੁਸੀਂ ਕੋਈ ਵੀ ਅੰਦਰਲੇ ਪਾਸਿਆਂ ਦੇ ਦੇਖ ਲਓ ਲੋਕ ਕਿਥੋਂ ਨਾ ਕਿਥੋਂ ਆਏ ਹੋਣੇ ਹੁਣ ਮੈਂ ਨਹੀਂ ਕਹਿ ਸਕਦਾ ਕਿ ਹੁਣ ਕੇਰਲਾ ਤੇ ਕਿਤੇ ਟਾਮਨਾਡੂ ਦੇ ਵਿੱਚ ਸਾਰੀ ਕਿਸਾਨੀ ਉੱਠ ਕੇ ਤੁਰ ਪਿਓ ਕਹਿੰਦੇ ਆ ਸਕਦੇ ਨੇ ਇੰਨੇ ਹਜ਼ਾਰਾਂ ਮੀਲ ਤੋਂ ਲੇਕਿਨ ਉਹਨਾਂ ਦੇ ਨੁਮਾਇंदे ਆਏ ਨਹੀਂ ਉਹ ਨੁਮਾਇंदे ਉੱਥੇ ਬੈਠੇ ਨੇ ਸਾਡੇ ਪੰਜਾਬ ਦੇ ਤਕਰੀਬਨ 80000 ਉੱਥੇ ਕਿਸਾਨ ਬੈਠੇ ਨੇ ਹਰਿਆਣੇ ਦੇ ਵੀ ਇੰਨੇ ਹੋਣੇ ਆ ਰਾਜਸਥਾਨ ਦੇ ਵੀ ਇੰਨੇ ਹੋਣੇ ਆ ਵੈਸਟ ਉਪੀ ਦੇ ਵੀ ਇੰਨੇ ਹੋਣੇ ਆ ਸਾਰੇ ਕਿਥੋਂ ਆਏ ਨੇ ਸੋਏ ਤਾਂ ਇੱਕ 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 ਅੰਦੋਲਨ ਪੰਜਾਬੀਆਂ ਦਾ ਨਹੀਂ ਇਹ ਸਾਰੇ ਕਿਸਾਨੀ ਦਾ ਅੰਦੋਲਨ ਹੈ। ਔਰ ਮੇਰਾ ਖਿਆਲ ਸਾਰੇ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਦੁੱਖ ਕੀ ਹੈ। ਔਰ ਸਮਝਣਾ ਚਾਹੀਦਾ ਹੈ ਕਿ ਅੜਬ ਅੜਬ 11ਵੀਂ ਵਾਰ ਇਹਨਾਂ ਦੀ ਹੋਣਾ ਅੱਜ ਮੀਟਿੰਗ ਹੋਈ ਹੈ ਆਪਣੀ 12ਵੀਂ ਵਾਰ ਅੱਜ। ਕਿੰਨਾ ਤੁਸੀਂ ਹੋਰ ਰੱਖੋਗੇ ਇਸ ਨੂੰ? ਤੁਸੀਂ ਸਮਝ ਲਓ ਇੱਕ ਕੀ ਇਹਦੇ 'ਚ ਕੋਈ ਦੱਸੋ ਮੈਨੂੰ ਕੋਈ ਨੁਕਸ ਹੋ ਸਕਦਾ ਹੈ। ਅਗਰ ਤੁਸੀਂ ਇਹ ਦੇਰੇ ਤਿੰਨ ਕਿੰਨੀ ਵਾਰ ਕਨਸਟੀਟਿਊਸ਼ਨ ਬਦਲੇ ਸੰਵਿਧਾਨ ਦੀ ਜਦ ਤੋਂ 1950 ਦੇ ਵਿੱਚ ਅਡਾਪਟ ਹੋਇਆ ਮੇਰਾ ਖਿਆਲ 130 ਜਾਂ 140 ਵਾਰ ਇਸ ਸੰਵਿਧਾਨ ਨੂੰ ਬਦਲਿਆ ਗਿਆ ਉਹ ਜਿਹੜੇ ਐਕਟ ਸੀ ਉਹਦੇ ਵਿੱਚ ਉਹ ਜੋ ਕਾਨੂੰਨ ਬਦਲੇ ਇੱਕ ਵਾਰ ਹੋ ਨਹੀਂ ਬਦਲ ਸਕਦੇ ਤੁਸੀਂ ਬਦਲ ਕੇ ਇੱਕ ਠੀਕ ਹੈ ਕਿਸਾਨ ਨਹੀਂ ਚਾਹੁੰਦੇ ਅਸੀਂ ਬਦਲ ਰਹੇ ਹਾਂ ਫਿਰ ਅਸੀਂ ਕਿਸਾਨਾਂ ਨਾਲ ਬਹਿ ਕੇ ਕਮੇਟੀ ਬਿਠਾ ਕੇ ਇੱਕ ਨਵਾਂ ਅਸੀਂ ਘੜਾਂਗੇ ਔਰ ਫਿਰ ਅਸੀਂ ਪਾਰਲੀਮੈਂਟ ਤੇ ਵਿਚ ਲਿਆਵਾਂਗੇ ਆਹ ਇਹ ਜਈ ਗੱਲ ਕਰ ਲਓ ਲੇਕਿਨ ਆਹ ਅੜਪਨ ਕੇ ਮੈਂ ਤਾਂ ਕਰਨਾ ਹੈ ਮੈਂ ਤਾਂ ਗੱਲ ਹੀ ਨਹੀਂ ਕਰਨੀ ਇਹ ਇਹ ਕਿਆ ਮਰਦਨ ਹੋਇਆ ਫਿਰ ਆਪਾਂ ਲੋਕ ਰਾਜ ਹੈ ਜਾਂ ਨਹੀਂ ਹੈ ਇਹ ਸਮਝਣ ਵਾਲੀ ਗੱਲਾਂ ਨੇ ਔਰ ਮੈਂ ਤੁਹਾਡੇ ਨਾਲ ਬਿਲਕੁਲ ਮੈਂ ਮੈਂ ਮੇਰੀ ਹਮਦਰਦੀ ਮੇਰੇ ਪਾਰਟੀ ਦੀ ਹਮਦਰਦੀ 100% ਪੰਜਾਬ ਦੇ ਕਿਸਾਨੀ ਦੇ ਨਾਲ ਹੈ ਅਸੀਂ ਖੜੇ ਹਾਂ ਤੁਹਾਡੇ ਨਾਲ ਔਰ ਜੋ ਸਾਡੇ ਵਾਸਤੇ ਗੱਲ ਹੈ ਅਸੀਂ ਤੁਹਾਡੇ ਵਾਸਤੇ ਕਰਦੇ ਰਵਾਂਗੇ ਬਹੁਤ ਧੰਨਵਾਦ ਚੈਨ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤਹ